ਪਟਾਨਕੋਟ ਉਹ ਵਿਧਾਨ ਸਭਾ ਹਲਕਾ ਹੈਗਾ ਜਿੱਥੇ ਹਰ 5 ਸਾਲ ਬਾਅਦ ਐਮਐਲਏ ਦਾ ਚਿਹਰਾ ਬਦਲ ਜਾਂਦਾ ਲੋਕ ਹਰ 5 ਸਾਲ ਬਾਅਦ ਆਪਣਾ ਐਮਐਲਏ ਬਦਲ ਦਿੰਦੇ ਨੇ ਇਸ ਵੇਲੇ ਕਾਂਗਰਸ ਦੀ ਟਿਕਟ ਤੋਂ ਦੂਸਰੀ ਵਾਰ ਇਲੈਕਟ ਕਰ ਰਹੇ ਨੇ ਅਮਿਤ ਵਿਜ ਮੇਰਨਾ ਮੌਜੂਦ ਨੇ ਜਿਨ੍ਹਾਂ ਨੇ 2017 ਦੇ ਵਿੱਚ ਅਸ਼ਨੀਸ਼ ਸ਼ਰਮਾ ਜੋ ਮੌਜੂਦਾ ਮੌਜੂਦਾ ਪੰਜਾਬ ਪ੍ਰਧਾਨ ਨੇ ਉਹਨਾਂ ਨੂੰ 2017 ਦੇ ਵਿੱਚ ਹਰਾਇਆ ਸੀਗਾ ਆ ਸਭ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਮੀਡੀਆ ਤੇ ਨਮਸਕਾਰ ਜੀ ਸ਼ੁਕਰੀਆ ਵੇਖੋ ਸਭ ਕੀ ਕਾਰਨ ਹੈ ਕਿ ਹਰ ਬਾਰ ਪਠਾਨਕੋਟ ਦੀ ਜਨਤਾ ਆਪਣਾ ਐਮਐਲਏ ਬਦਲ ਦਿੰਦੀ ਹੈ ਕੀ ਉਹ ਕਾਰਨ ਹੈ ਕਿ ਹਰ 5 ਸਾਲ ਬਾਅਦ ਪਠਾਨਕੋਟ ਨੂੰ ਇੱਕ ਨਵਾਂ ਚਿਹਰਾ ਮਿਲਦਾ ਹੈ ਇੱਕ ਨਵਾਂ ਐਮਐਲਏ ਮਿਲਦਾ ਹੈ 2017 ਚ ਕਈ ਵਾਰ ਕਈ ਕੰਮ ਕਹਿੰਦੇ ਰਿਹਾ ਬੀਜੇਪੀ ਵਾਲੇ ਕਿ ਅਸੀਂ ਕਰਾਇਆ ਲੇਕਿਨ ਫਿਰ ਵੀ ਉਹ ਸਤਾ ਚ ਨਹੀਂ ਆਏ ਤੁਸੀਂ ਅਸ਼wini ਸ਼ਰਮਾ ਨੂੰ 2017 ਦੇ ਵਿੱਚ 11000 ਤੋਂ ਵੱਧ ਵੋਟਾਂ ਦੇ ਨਾਲ ਹਰਾਇਆ ਸੀਗਾ ਕੀ ਕਾਰਨ ਨੇ ਕਿ ਦੁਬਾਰਾ ਐਮਐਲਏ ਜੜਾ ਗਿਆ ਹਰ 5 ਸਾਲ ਬਾਅਦ ਬਦਲ ਜਾਂਦਾ ਹੈ ਗਰਾਊਂਡ ਦੇ ਵਿੱਚ ਤੁਸੀਂ ਵੀ ਕੰਮ ਕੀਤਾ ਹੋਣਾ ਕੁਝ ਬੇਸਿਕ ਉਹ ਚੀਜ਼ਾਂ ਜਿਹੜੀਆਂ ਨਹੀਂ ਬਦਲ ਪਾਂਦੇ ਐਮਐਲਏ ਐ ਤੁਸੀਂ ਠੀਕ ਕਹਿ ਰਹੇ ਹੋ ਐ ਮੈਂ ਵੀ ਰੈਟਰੋਸਪੈਕਟ ਕੀਤਾ ਸੀ ਆ ਕੇ ਜਦੋਂ 2017 ਚ ਲੋਕਾਂ ਨੇ ਆਪਣਾ ਆਸ਼ੀਰਵਾਦ ਦਿੱਤਾ ਪਿਆਰ ਦਿੱਤਾ ਮੇਜਰ ਇਸ਼ੂਸ ਤੇ ਮੈਂ ਆਪਣੇ ਮੈਨੀਫੈਸਟੋ ਚ ਪਾਏ ਸੀ ਬ੍ਰਿਜਸ ਦੇ ਸਾਰੇ ਮਗਰ ਮੈਂ ਇੱਕ ਚੀਜ਼ ਦਿਨ ਬੈਠ ਕੇ ਜ਼ਰੂਰ ਦੇਖਿਆ ਕਿ ਇਹ ਕਿਹੋ ਜਿਹੀ ਗੱਲ ਹੈ ਕਿ ਕੀ ਚੀਜ਼ ਹੈ ਕਿ ਹਰ ਹਲਕਿਆਂ ਚ ਲੋਕ ਦੋ-ਦੋ ਵਾਰੀ ਵੀ ਜਿੱਤ ਕੇ ਆਂਦੇ ਨੇ ਮਗਰ ਸਾਡੇ ਹਲਕੇ ਵਿੱਚ ਹਰ 5 ਸਾਲ ਬਾਅਦ ਕੈਂਡੀਡੇਟ ਚੇਂਜ ਹੋ ਜਾਂਦੇ ਨੇ ਔਰ ਵਿੱਚ ਜੋ ਮੈਨੂੰ ਸਮਝ ਆਈ ਔਰ ਵਿੱਚ ਇਹ ਸੀ ਕਿ ਇੱਕ ਬੇਸਿਕ ਸਰਵਿਸਸ ਤੋਂ ਲੈ ਕੇ ਓਵਰਆਲ ਲੋਕ ਐਕਸਪੈਕਟ ਕਰਦੇ ਨੇ ਗਰੋਥ ਹੋਏ ਹਰ ਬੰਦਾ ਚਾਹੁੰਦਾ ਹੈ ਕਿ ਜਿਹੜਾ ਹੱਕ ਹੈ ਜੋ ਮੈਂ 2017 ਚ ਬੋਲਿਆ ਸੀ ਕਿ ਸਾਡਾ ਕਿੱਥੇ ਰੱਖ ਉਹਨਾਂ ਨੂੰ ਘਰ 'ਚ ਮਿਲੇ ਔਰ ਉਹ ਚੀਜ਼ਾਂ ਦੇ ਕੰਮ ਨਹੀਂ ਹੋਇਆ ਮੈਂ ਜਿਵੇਂ ਸੀਵਰੇਜ ਤੇ ਪਾਣੀ ਹੈ ਪਹਿਲੇ ਕੀ ਹੁੰਦਾ ਰਿਹਾ ਕਿ ਇੱਕ ਛੋਟਾ ਜਿਹਾ ਟੈਂਡਰ ਲੱਗਿਆ ਪਾਣੀ ਦੀ ਪਾਈਪਲਾਈਨ ਚੇਂਜ ਕਰ ਦੋ ਐ ਕਰ ਦੋ ਕਦੀ ਸੜਕ ਖੁਦਰੀ ਆ ਖੁਦਰੀ ਆ ਕਦੀ ਕੁਆਲਟੀ ਚੀਜ਼ ਨਹੀਂ ਬਣ ਰਹੀ ਤੇ ਮੈਂ 100 ਕਰੋੜ ਰੁਪਏ ਦਾ ਸਭ ਤੋਂ ਪਹਿਲੇ 2 ਸਾਲ ਮਿਹਨਤ ਕਰਕੇ ਸੀਵਰੇਜ ਪਾਣੀ ਤੇ ਪੈਸਾ ਲਵਾਇਆ ਜਿਹੜੇ ਮੇਰੇ ਮੇਨ ਇਸ਼ੂ ਸੀ ਏਰੀਆਜ਼ ਦੇ ਕਈ ਜਗ੍ਹਾ ਸੀਵਰੇਜ ਪਾਣੀ ਨਹੀਂ ਸੀ ਹੁਣ ਸ਼ਾਂਤ ਵਿਆ ਆਧਨਿਕ ਵਿਆ ਆ ਤੁਸੀਂ ਇੰਨੀ ਪੌਸ਼ ਕਲੋਨੀਆਂ ਐ ਐਰਚ ਨਹੀਂ ਸੀ ਤੁਸੀਂ ਇਮੇਜਿਨ ਕਰੋ ਤੇ ਗਰੀਬ ਇਲਾਕਿਆਂ ਦੀ ਗੱਲ ਹੀ ਅਲੱਗ ਐ ਛੰਨੀ ਮੁਕੀਮਪੁਰ ਬ੍ਰੇਜ ਸਾਡਾ ਨਲਵਾ ਨਾਲਾ ਬ੍ਰੇਜ ਸਾਡਾ ਇੱਕ ਮੇਗਾ ਲਾੜੀ ਦਾ ਬ੍ਰਿਜ ਬੱਚੇ ਪਰੇਸ਼ਾਨ ਰਹਿੰਦੇ ਸੀ ਉਹ ਬ੍ਰਿਜ ਮੈਂ ਬਣਵਾ ਕੇ ਦਿੱਤਾ ਹੈ ਸ਼ਹਿਰ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਸੀ ਟਾਕੀ ਦਾ ਹਰ ਬੰਦੇ ਨੇ ਕਿਹਾ ਮੈਂ ਬ੍ਰਿਜ ਬਣਾਵਾਂਗਾ ਮਗਰ ਸਾਡੇ ਐਮ ਐਲ ਏਸ ਕਰ ਨਹੀਂ ਪਾਏ ਮੈਂ ਰੈਟਰਸਪੈਕਟ ਕੀਤਾ ਕਿ ਜੇ ਮੈਂ ਨਹੀਂ ਕੀਤਾ ਤੇ ਮੈਂ ਵੀ ਕੋਈ ਹੱਕਦਾਰ ਨਹੀਂ ਕਿ ਲੋਕਾਂ ਕੋਲ ਵਾਪਸ ਜਾ ਕੇ ਕਹਿਦਾ ਕਿ ਮੈਨੂੰ ਦੁਬਾਰਤੋਂ ਮੌਕਾ ਦਿਓ ਹਾਲਾਂਕਿ ਕੋਰੋਨਾ ਆਇਆ ਸਭ ਕੁਝ ਆਇਆ 2 ਸਾਲ ਹੋਰੇ ਚੱਗੇ ਮਗਰ ਪਰਮਾਤਮਾ ਦਾ ਆਸ਼ੀਰਵਾਦ ਲੱਗਿਆ ਲੋਕਾਂ ਦਾ ਪਿਆਰ ਲੱਗਿਆ ਮੈਨੂੰ ਕੰਮ ਕਰਨਾ ਆਉਂਦਾ ਹੈ ਮੈਂ 18 ਸਾਲ ਇਹੀ ਕੰਮ ਕਰਕੇ ਆਇਆ ਬਾਰ ਦੇ ਆਪਣੇ ਸਟੇਸਿਟਿਸ ਚ ਰਹਿ ਕੇ ਤੇ ਅੱਜ ਟਾਕੀ ਦਾ ਪੁਲ ਬਣ ਕੇ ਤਿਆਰ ਹੋਇਦਾ ਪਾਰਕਸ ਕਿਸੇ ਨੇ ਨਹੀਂ ਬਣਾਏ ਆਉਂ ਹੀ ਜਗਾ ਪਈਆਂ ਰਹੀਆਂ ਔਰ ਬੁਰਾ ਹਾਲ ਬੱਚਿਆਂ ਦੇ ਝੂਲਿਆਂ ਵਾਸਤੇ ਜਿਮਸ ਵਾਸਤੇ ਕਿਸੇ ਨੇ ਸੋਚਿਆ 21 ਪਾਰਕ ਬਣ ਰਹੇ ਨੇ ਗਰੀਬ ਗਰੀਬਾਂ ਦੇ ਬੱਚਿਆਂ ਦੇ ਵਿਆਹ ਹੋ ਸਕੇ ਸੀ 51000 ਸ਼ਗਨ ਸਕੀਮ ਕੀਤੀ ਮਰੋ 51000 ਦਾ ਫਾਇਦਾ ਕੀ ਹੈ ਜੇ ਤੁਸੀਂ ਇੱਕ ਪੈਲਸ ਚ ਜਾ ਕੇ ਜੇ 30-40000 ਰੁਪਏ ਦੇ ਦੋਗੇ ਤੇ ਬੱਚੀ ਦਾ ਵਿਆਹ ਕਿੰਨੇ ਕਰਨਾ ਜੀ ਕਿਹੜੇ ਪੈਸੇ ਤੋਂ ਕਰੋਗੇ ਤੇ ਮੈਂ 25 ਜੰਝਕਰ ਪਠਾਨਕੋਟ ਹਜੇ 10 ਪਠਾ ਤੇ ਪਿੰਡਾਂ ਵਿੱਚ ਸਿਟੀ ਚ 10 ਪਿੰਡਾਂ ਵਿੱਚ ਬਣਵਾ ਰਿਹਾ ਸ਼ਹਿਰ ਵਿੱਚ 15 ਬਣ ਕੇ ਤਿਆਰ ਹੋ ਗਏ ਨੇ ਦਸਾਂ ਵਿੱਚ ਕੰਮ ਚੱਲ ਰਿਹਾ ਮੈਂ ਅਜੇ 30 ਹੋਰ ਬਣਾਣੇ ਆਪਣੇ ਸ਼ਹਿਰ ਵਿੱਚ ਤੇ ਇਹ ਸਾਰੀ ਚੀਜ਼ਾਂ ਚ ਕਿਸੇ ਨੇ ਕੰਮ ਨਹੀਂ ਕੀਤਾ ਔਰ ਲੋਕੀ ਹੁਣ ਸਾਨੂੰ ਕੰਮ ਕਰਦੇ ਦੇਖ ਰਹੇ ਨੇ ਸੇਫਟੀ ਸਿਕਿਉਰਿਟੀ ਤੇ ਕਿਸੇ ਨੇ ਧਿਆਨ ਨਹੀਂ ਦਿੱਤਾ ਪਹਿਲੇ ਤੁਸੀਂ ਦੇਖਿਓ ਹੈਗਾ ਡਲੂ ਜ਼ੀਰੋ ਅੱਜ ਮੈਂ ਇੱਕ ਰੋਡ ਸ਼ੁਰੂ ਕੀਤੀ ਹੈ ਉਹਦੇ ਵਿੱਚ ਅਸੀਂ ਕੈਮਰਾਸ ਲਗਾ ਰਹੇ ਹਾਂ ਆਪਣੀ ਮਾਵਾਂ ਸਾਡੀ ਬੱਚੀਆਂ ਪੈਰਾਂ ਦੇਖੋ ਮੈਂ ਐਜੂਕੇਸ਼ਨ ਦਾ ਪ੍ਰੋਡਕਟਾਂ ਮੈਂ ਇੱਕ ਕੰਪੀਟੀਸ਼ਨ ਕਲੀਅਰ ਕਰਕੇ ਇੰਜੀਨੀਅਰਿੰਗ ਕੀਤੀ ਤੇ ਅੱਜ ਉਹੀ ਪੜ੍ਹਾਈ ਦੀ ਵਿੱਦਿਆ ਦੀ ਮੈਂ ਖਾ ਰਿਹਾ ਕਿਉਂਕਿ ਆਈ ਬਲੀਵ ਇਨ ਕਿ ਇਟ ਇਜ਼ ਐਜੂਕੇਸ਼ਨ ਵਿਚ ਮੇਕਸ অর ਬ੍ਰੇਕਸ ਨੇਸ਼ਨ ਤੇ ਮੈਂ ਐਜੂਕੇਸ਼ਨ ਤੇ ਬਹੁਤ ਕੰਮ ਕਰ ਰਹੇ ਹਾਂ ਔਰ ਜਦੋਂ ਅੱਜ ਮੈਂ ਇੱਥੇ ਪੁੱਜਿਆ ਬੱਚਿਆਂ ਵਾਸਤੇ ਕੰਮ ਕਰ ਰਹੇ ਹਾਂ ਸਮਾਰਟ ਸਕੂਲ ਬਣਾ ਰਹੇ ਆ ਉਹਨਾਂ ਨੂੰ ਫ੍ਰੀ ਕੋਚਿੰਗ ਕਰਾਉਣ ਵਾਸਤੇ ਉਹਨਾਂ ਦੇ ਸਕੂਲ ਇਹੋ ਜਿਹੇ ਤਿਆਰ ਕਰਵਾ ਰਹੇ ਆ ਤਾਂ ਕਿ ਆਨਲਾਈਨ ਉਹਨਾਂ ਨੂੰ ਫ੍ਰੀ ਕੋਚਿੰਗ ਕਰ ਸਕਣ ਬੱਚੀਆਂ ਰਾਤੀ ਬਾਹਰ ਨਹੀਂ ਨਿਕਲ ਸਕਦੀਆਂ ਜੇ ਨਿਕਲ ਨਹੀਂ ਸਕਦੇ ਤੇ ਪੜਨਗੇ ਕਿਸਨਾ ਸਿਟੀ ਨੂੰ ਅਸੀਂ ਸਿਕਿਉਰ ਕਰ ਰਹੇ ਆ ਤੁਹਾਡੀ ਲੜਾਈ ਹੁਣ ਭਾਜਪਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਨਾਲ ਔਰ ਬਸਪਾ ਦੇ ਨਾਲ ਹੈ ਬਸਪਾ ਨੇ ਆਪਣਾ ਉਮੀਦਵਾਰ ਜਿਹੜਾ ਹੈਗਾ ਉਹ ਚੋਣ ਮੈਦਾਨ ਚ ਉਤਾਰਿਆ ਹੈਗਾ ਆ ਭਾਜਪਾ ਤੋਂ ਕੋਦੇ ਅਸ਼ਨੀ ਸ਼ਰਮਾ ਜੋ ਪ੍ਰਦੇਸ਼ਾ ਦੇਸ਼ਕ ਨੇ ਉਹ ਤੁਹਾਡੇ ਸਾਹਮਣੇ ਇਲੈਕਸ਼ਨ ਲੜ ਰਹੇ ਨੇ ਔਰ ਆਮ ਆਦਮੀ ਪਾਰਟੀ ਤੋਂ ਵਿਭੂਤੀ ਸ਼ਰਮਾ ਚੋਣ ਮੈਦਾਨ ਚ ਨੇ ਜੋ ਕਾਂਗਰਸ ਤੁਹਾਡੇ ਨਾਲ ਹੀ ਸੀਗੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਕਿੰਨਾ ਵੱਡਾ ਮੁਕਾਬਲਾ ਹੈ ਦੇਖੋ ਜੀ ਮੈਂ ਅੱਜ 5 ਸਾਲ ਹੋ ਗਏ ਨੇ ਤੁਸੀਂ ਮੇਰੇ ਮੂੰਹ ਚ ਕੋਈ ਸਟੇਟਮੈਂਟ ਨਹੀਂ ਸੁਣੀ ਹੋਣੀ ਮੈਂ ਅੱਜ ਵੀ ਨਹੀਂ ਬੋਲਣਾ ਸਾਰੇ ਰਿਸਪੈਕਟਡ ਨੇ ਮੈਂ ਸਭ ਦਾ ਮਾਨ ਕਰਨਾ ਮੈਂ ਬਸ ਇਹੀ ਕਵਾਂਗਾ ਕਿ ਮੈਂ ਕੰਮ ਕੀਤਾ ਸੀ ਮਿਲ ਕੇ ਅਸੀਂ ਕੰਮ ਕਰਾਂਗੇ ਲੋਕ ਕੰਮ ਹੁੰਦੇ ਦੇਖ ਰਹੇ ਨੇ ਔਰ ਮੈਂ ਇੱਥੇ ਇੱਕ ਜ਼ਰੂਰ ਕਾਂਗਾ ਮੈਂ ਕਿਸੇ ਨਾਲ ਲੜਨ ਨਹੀਂ ਆਇਆ ਮੈਂ ਕਿਸੇ ਨੂੰ ਨੁਕਸਾਨ ਪਹੁੰਚਾਣ ਨਹੀਂ ਆਇਆ ਔਰ ਮੈਂ ਆਪਣਾ ਸਭ ਕੁਝ ਸਿਸਟਮ ਛੱਡ ਕੇ ਆਪਣੇ ਲੋਕਾਂ ਦੀ ਸੇਵਾ ਕਰਨ ਆਇਆ ਔਰ ਮੈਂ ਕਰਾਂਗਾ ਜਿੰਨੀ ਦੇਰ ਤੱਕ ਲੋਕ ਮੈਨੂੰ ਪਿਆਰ ਕਰਨਗੇ ਵਿਸ਼ਵਾਸ ਕਰਨਗੇ ਮੈਂ ਸਿਨਸੇਰਿਟੀ ਨਾਲ ਇਨਸਾਫ ਕਰਾਂਗਾ ਤੇ ਲੋਕਾਂ ਨੂੰ ਸੇਵਾ ਕਰਾਂਗਾ ਔਰ ਜਿੰਨਾ ਪੈਸਾ ਇਸ ਵਾਰੀ 450 ਕਰੋੜ ਰੁਪਏ ਜ਼ਮੀਨ ਤੇ ਲਵਾਇਆ ਅਗਲੀ ਵਾਰ 1000 ਕਰੋੜ ਰੁਪਏ ਲਵਾਵਾਂਗਾ ਮੈਡੀਕਲ ਕਾਲਜ ਵੀ ਬਣਵਾਵਾਂਗਾ ਮੈਂ ਹੀ ਲੋਕਾਂ ਨੂੰ ਕਹਾਂਗਾ ਕਿ ਤੁਸੀਂ ਮੈਨੂੰ 4.5 ਸਾਲ ਹੋਰ ਦਿੱਤੇ ਨੇ ਮਿਨਿਸਪਲ ਕਾਰਪੋਰੇਸ਼ਨ ਦੇ ਔਰ ਇਹ ਬਹੁਤ ਅੱਛੀ ਇੱਕ ਕੰਬੀਨੇਸ਼ਨ ਤੁਸੀਂ ਬਣਾ ਕੇ ਦਿੱਤਾ ਜਿਹਦੇ ਵਿੱਚ ਮੇਰੇ ਬਹੁਤ ਹੀ ਐਕਸਪੀਰੀਐਂਸਡ ਜ਼ਮੀਨ ਤੇ ਜੁੜੇ ਹੋਏ ਜਿਨ੍ਹਾਂ ਨੂੰ ਜ਼ਮੀਨੀ ਕੰਮ ਕਰਨਾ ਆਂਦਾ ਹੈ ਜਿਨ੍ਹਾਂ ਬਿਨਾ ਮੈਂ ਉਸ ਟੀਮ ਦੇ ਬਿਨਾ ਕੰਮ ਨਹੀਂ ਕਰ ਸਕਦਾ ਇਸਨੂੰ ਤੁਸੀਂ ਨਾਲਿਆਂ ਦਾ ਕੰਮ ਹੈ ਸਾਰੇ ਕੰਮ ਦੇਖ ਰਹੇ ਹੋ ਬੜੀ ਅੱਛੀ ਟੀਮ ਦਿੱਤੀ ਹੈ ਜੇ ਅਸੀਂ ਮਿਲ ਕੇ ਅਗਲੇ 4.5 ਸਾਲ ਦੁਬਾਰਤੋਂ ਕੰਮ ਕਰਨੇ ਆਂ ਸ਼ਹਿਰ ਦਾ ਤੁਸੀਂ ਨਕਸ਼ਾ ਚੇਂਜ ਹੁੰਦੇ ਦੇਖ ਰਹੇ ਹੋ ਜੇ ਤੇ 15-20% ਮੈਂ ਚੇਂਜ ਕਰ ਪਾਇਆ ਤੁਹਾਨੂੰ ਦੁਬਾਰਤੋਂ ਕਹਿ ਰਹੇ ਆ ਕਿਉਂ ਕਿ ਮੈਨੂੰ ਮਿਲੇ ਹੀ 2 ਸਾਲ 3 ਸਾਲ ਸਾਡੇ ਕੋਲ ਕਾਰਪੋਰੇਸ਼ਨ ਸੀ ਨਹੀਂ ਤੇ ਮੈਨੂੰ ਮਿਲੇ ਹੀ 2 ਸਾਲ ਅਗਲੇ 4.5 ਸਾਲ ਸਾਡੇ ਕੋਲ ਹੈਗੇ ਨੇ ਟੀਮ ਤੁਸੀਂ ਮੈਨੂੰ ਚੁਣ ਕੇ ਦਿੱਤੀ ਹੈ ਮੇਰੇ ਕਰਕੇ ਚੁਣ ਕੇ ਦਿੱਤੀ ਹੈ ਸਾਡੀ ਸਰਕਾਰ ਨੂੰ ਚੁਣ ਕੇ ਦਿੱਤੀ ਹੈ ਇੱਕ ਵਾਰੀ ਜ਼ਰੂਰ ਮੌਕਾ ਦਿਓ ਤਾਂ ਕਿ ਇਸ ਟੀਮ ਨਾਲ ਮਿਲ ਕੇ ਮੈਂ ਆਪਣੇ ਸ਼ਹਿਰ ਨੂੰ ਤੁਹਾਡੀ ਜਿਹੜੀ ਉਮੀਦਾਂ ਉਹਨਾਂ ਨੂੰ ਜੋ ਮੈਂ ਆਪਣਾ ਇੱਕ ਅ ਸਮਾਰਟ ਸਿਟੀ ਦਾ ਔਰ ਜੋ ਮੈਂ ਫੋਰਨ ਵਿੱਚ ਵੀ ਸਿਟੀਆਂ ਦੇਖ ਕੇ ਆਇਆ ਕਿ ਕਿ ਸਿਟੀਆਂ ਕਰਕੇ ਨਹੀਂ ਮੈਂ ਸੁੰਦਰ ਬਣਾ ਰਿਹਾ ਕਿ ਸੁੰਦਰ ਹੋਣੀ ਚਾਹੀਦੀ ਹੈ ਉਹਦੇ ਬੈਨੀਫਿਟ ਮੈਨੂੰ ਵਪਾਰ 'ਚ ਨੇ ਸਾਡੇ ਸਿਟੀ ਦਾ ਵਪਾਰ ਬਹੁਤ ਜ਼ਿਆਦਾ ਵੱਧ ਜਾਏਗਾ ਸਾਡੇ ਸਿਟੀ 'ਚ ਲੋਕ ਬਹੁਤ ਜ਼ਿਆਦਾ ਆ ਕੇ ਰਹਿਣਗੇ ਰੀਅਲ ਸਟੇਟ ਤੋਂ ਲੈ ਕੇ ਟਰੇਡਰਸ ਤੋਂ ਲੈ ਕੇ ਵਪਾਰੀਆਂ ਤੋਂ ਲੈ ਕੇ ਈਵਨ ਗਰੀਬ ਆਦਮੀ ਜਿਹੜੇ ਬੱਚਾ ਬਾਹਰ ਨਹੀਂ ਜਾ ਸਕਦਾ ਉਹਦੀ ਨੌਕਰੀ ਤੋਂ ਲੈ ਕੇ ਹਰ ਬੰਦੇ ਨੂੰ ਬੈਨੀਫਿਟ ਮਿਲੇਗਾ ਤੇ ਮੈਂ ਹੀ ਕਵਾਂਗਾ ਮੈਂ ਕਿਸੇ ਦੇ ਅਗੇਂਸਟ ਨਹੀਂ ਬੋਲਣਾ ਚਾਹੁੰਦਾ ਤੁਸੀਂ ਮੈਨੂੰ ਕੰਮ ਕਰਨਾ ਆਂਦਾ ਜੀ ਔਰ ਮੈਂ ਸਿਰਫ ਸੇਵਾ ਕਰਨਾ ਹੈ ਤੁਸੀਂ ਲੋਕੀ ਮੈਨੂੰ ਇਸ ਵਾਰੀ ਜ਼ਰੂਰ ਇੱਕ ਵਾਰੀ ਆਪਣਾ ਆਸ਼ੀਰਵਾਦ ਦੇਣ ਕਿਉਂਕਿ ਕਾਰਪੋਰੇਸ਼ਨ ਦਾ ਮੈਨੂੰ ਬਹੁਤ ਲਾਲਚ ਹੈ ਕਾਰਪੋਰੇਸ਼ਨ ਬਣਾ ਕੇ ਦਿੱਤੀ ਹੈ ਤੇ ਮੈਂ ਆਪਣਾ ਵਿਜ਼ਨ ਜ਼ਮੀਨ ਤੇ ਲਿਆ ਸਕਣਾ ਅੱਜ ਇਹ ਮਹਾਜਨ ਜੀ ਮੀਡੀਆ ਪਠਾਨਕੋਟ